ਇਹਦੇ ਵੀ ਕਸਾੜੇ ਤੇ ਲਾਣੇ ਪੈਣਗੇ। ਕਿੰਨੇ ਵਾਰੀ ਕਿਹਾ ਵੀ ਬਾਹਰ ਛੇਤੀ ਖੋਲ ਦਿਆ ਕਰ, ਇੰਨਾ ਚਿਰ ਤਾਂ ਥਾਣੇਦਾਰ ਵੀ ਨੀ ਲਵਾਉਂਦਾ, ਉਹ ਵੀ ਕਹਿੰਦਾ ਬਾਪੂ ਆ ਜਾ ਛੇਤੀ ਅੰਦਰ। ਖੋਲ ਦੋ ਬਾਹਰ ਹੁਣ। ਨਾ ਤੈਨੂੰ ਸੁਣਦਾ ਨੀ ਕਰਦਾ, ਬੋਲ ਲੱਗ ਰਿਹਾ ਮਾਰਨ। ਮੈਂ ਕੱਪੜੇ ਧੋਈ ਜਾਂਦੀ ਸੀਗੀ, ਮੈਂ ਅੱਗ ਲੱਗਣ ਇਹ ਜੇ ਕੱਪੜੇ ਪਹਿਲਾਂ ਬਾਹਰ ਖੋਲਿਆ ਕਰ ਆ ਕੇ ਤੂੰ। ਨਹੀਂ ਸੁਣਿਆ ਨੀਗਾ, ਫਿਰ ਮੈਨੂੰ ਪਤਾ ਨੀ ਲੱਗਿਆ। ਸੁਣਦਾ ਦੇਖ, ਮੈਂ ਹੁਣ ਲਾਗੂਆਂ ਤੈਨੂੰ। ਮੈਂ ਸੁਣਿਆ ਨੀ, ਮੈਨੂੰ ਜੇ ਮੈਨੂੰ ਸੁਣਿਆ ਹੁੰਦਾ ਫਿਰ ਮੈਂ ਖੋਲ ਦਿੰਦੀ ਪਹਿਲੀ। ਸੁਣਿਆ ਨੀ ਨਾਲੇ ਸਾਰਾ ਦਿਨ। ਹੁਣ ਲਾਗੂਆਂ ਚਾਰ ਕੰਨ, ਸਾਰਾ ਦਿਨ ਗੋਹੇ ਵਾਲੀ ਗੋਹਾ ਸਿੱਟਦੀ ਹੈ, ਪੋਚੇ ਵਾਲੀ ਪੋਚੇ ਲਾਉਂਦੀ ਹੈ, ਬਿੱਲੀ ਵੀ ਨਹੀਂ ਸੁਣਦੀ ਹੈਗੀ। ਮੈਂ ਰੋਟੀ ਬੰਦ ਦਵਾ ਦਬ ਕੇ ਲੈ ਕੇ ਜਾਣੀ ਆ ਮੈਂ। ਤੁਸੀਂ ਖਾਓਗੇ? ਹਾਂ, ਮੈਨੂੰ ਤਾਂ ਜੇ ਤੇਰਾ ਜੀ ਕਰੇ ਨਾ ਭੁੱਖਾ ਮਾਰ ਦੇ ਤੂੰ ਮੈਨੂੰ। ਮੈਂ ਇੰਨਾ ਪੁੱਛਿਆ ਵੀ ਤੁਸੀਂ ਖਾਓਗੇ ਰੋਟੀ ਕੇ ਨਾਲ ਹੀ ਬੰਨਦਾ? ਮੈਂ ਖਾ ਕੇ ਜਾਊਂਗਾ ਰੋਟੀ, ਨਾਲੇ ਸਿਰੀ ਦੀ ਪਕਾ ਦੇ, ਨਾਲੇ ਮੈਨੂੰ ਲਿਆ। ਠੀਕ ਹੈ। ਜਦੋਂ ਤੱਕ ਨਾ ਬਸੰਤੇ ਦਾ ਕੀਲਾ ਨੀ ਮੈਂ ਪੈ ਲੈਂਦਾ ਨਾ, ਉਦੋਂ ਤੱਕ ਠੰਡ ਨੀ ਪੈਂਦੀ। ਕੀਲਾ ਤਾਂ ਲੈ ਕੇ ਹਟੂ ਯਾਰ, ਮਿੱਤਰਾ ਤੈਨੂੰ ਦੇਣਾ ਪਊਗਾ ਕੀਲਾ, ਤਾਂ ਤੇਰੇ ਇਹੋ ਜਿਹਾ ਡੰਡਾ ਚਾੜੂਗਾ ਨਾ ਕਦੇ। ਆਪਣੇ ਆਪ ਕਹੇਗਾ ਵੀ ਜ਼ਮੀਨ ਲੈ ਲੈ, ਜ਼ਮੀਨ ਲੈ ਲੈ। ਪਾਪਾ, ਤੈਨੂੰ 10 ਰੁਪਏ ਹੋਰ ਲੈਣੇ ਨੇ? ਸਾਰਾ ਦਿਨ 10 ਰੁਪਏ 10 ਰੁਪਏ ਕੋਲ ਪੁੱਤ ਕਿਉਂ ਜਾਣਾ ਹੁੰਦਾ ਗਾ? ਹੈ, ਤੈਨੂੰ ਪਤਾ ਤਾਂ ਹੈਗਾ ਉਹਦਾ ਕਿਹੋ ਜਿਹਾ ਗਾ। ਉਹਦਾ ਸਾਰਾ ਦਿਨ ਆਪਾਂ ਨੂੰ ਖਾਣ ਨੂੰ ਪੈਂਦਾ ਗਾ। ਮੈਂ ਤੈਨੂੰ ਮੇਰੇ ਪੁੱਤ ਨੂੰ 10 ਰੁਪਏ, ਠੀਕ ਹੈ? ਹਾਂ, ਜੰਮੀ ਠੰਡੀ ਮੱਥੇ ਮਾਰੀ, ਮਾੜੀ ਮੋਟੀ ਗਰਮ ਨੀ ਲਿਆ ਸਕਦੀ? ਮੈਂ ਹੁਣ ਤਾਂ ਲਾ ਕੇ ਲਿਆਈ ਹਾਂ ਜੀ। ਲਿਆ ਕੇ ਲਿਆਈਆਂ, ਠੰਡੀ ਆ ਜੰਮੀ, ਤੈਨੂੰ ਪਤਾ ਵੀ ਮੇਰੀਆਂ ਜੜ੍ਹਾਂ ਦੁਖਦੀਆਂ ਨੇ, ਨਹੀਂ ਖਾਈ ਜਾਂਦੀ। ਗਰਮ ਲਿਆ ਦੇ ਵਾਲੀ ਜੰਮੀ ਠੰਡੀ ਲਈ ਫਿਰਦੀ ਸੀ, ਹੁਣ ਜੰਮੀ ਅੱਗ ਮੱਚਦੀ ਲਿਆਈ, ਪਤਾ ਨੀ ਕਿਹੜੇ ਤੰਦੂਰ ਤੋਂ ਲਿਆਈ ਹੈ। ਇਹਨੂੰ ਨਾ ਭੇਤ ਆਇਆ ਕਦੇ ਵੀ ਕਹੀ ਰੋਟੀ ਖਵਾਉਣੀ ਆ ਕਹੀ ਜੀ ਨਾ। ਚੰਗਾ ਇਹ ਗੱਲ ਦੱਸ ਇੱਕ ਮੈਨੂੰ, ਅਕਲ ਵੱਡੀ ਹੈ ਕਿ ਸੁਣ? ਅਕਲ ਅਕਲ ਵੱਡੀ, ਜੇ ਪਹਿਲੀ ਕਹਿ ਦਿੰਦੀ ਵੀ ਕਸੁਣ ਵੱਡਾ ਕਸੁਣ ਵੱਡਾ, ਲਾਣੋ ਮੈਂ ਨੀ ਹਟਦਾ, ਕਹਿਣੋ ਇਹ ਨੀ ਹਟਦੀ। ਮੈਨੂੰ ਕਿਵੇਂ ਕਹਿਦਾ ਵੀ ਕਸੁਣ ਵੱਡਾ ਹੈਗਾ, ਜਦ ਅਕਲ ਵੱਡੀ ਹੈ ਤਾਂ ਸੱਚਾਈ ਹੈਗੀ। ਮੈਂ ਨਾ ਅੱਜ ਤੱਕ ਝੂਠ ਬੋਲਿਆ ਹੈਗਾ ਹੈ, ਪਰ ਇਹ ਅੜੀ ਹੋਰ ਬੰਦੇ ਨੂੰ ਨਾ ਕਦੇ ਤਾਂ ਕਦੇ ਇਹਨੂੰ ਮੈਂ ਸਮਝਾਉਂਗੀ ਵੀ ਅਕਲ 'ਚ ਵੜੂੰਗੀ ਵੀ ਸਭ ਤੋਂ ਵੱਡੀ ਅਕਲ ਆ,
ਆਪ ਸੁਣ ਲੀਗੇ। ਉਪਰੋਂ ਮਿੱਠਾ ਵਿੱਚੋਂ ਫਿੱਕਾ, ਉਪਰੋਂ ਫਿੱਕਾ ਵਿੱਚੋਂ ਮਿੱਠਾ, ਬਿਲਕੁਲ ਫਿੱਕਾ ਸਭ ਤੋਂ ਮਿੱਠਾ। ਕੀ ਇਹ ਪਤਾ ਨੀ ਮੇਰੀ ਚਾਚੀ ਨੇ ਲਿਖ ਕੇ ਦਿੱਤਾ। ਚਾਚੀ ਨੇ ਲਿਖ ਕੇ ਦਿੱਤਾ ਨਾ ਬਈ, ਆਪਣੇ ਕੋਲ ਹੀ ਹੈਗਾ ਇਹ, ਅੱਗੇ ਪਤਾ ਕਰ ਲਾ। ਉਪਰੋਂ ਮਿੱਠਾ ਵਿੱਚੋਂ ਫਿੱਕਾ, ਉਪਰੋਂ ਫਿੱਕਾ ਵਿੱਚੋਂ ਮਿੱਠਾ, ਬਿਲਕੁਲ ਫਿੱਕਾ ਸਭ ਤੋਂ ਮਿੱਠਾ। ਇਹ ਪੰਸਾਰੀ ਨੇ ਦਿੱਤਾ ਨੀ ਤੈਨੂੰ? ਨਾ ਸੁੱਟ ਲਵੇ। ਕੋਈ ਨਾ ਬਾਈ, ਮੈਂ ਲਿਆ ਕੇ ਦੇ ਦਿੰਦਾ ਤੈਨੂੰ। ਤੂਰੇ ਐਂ ਕਰ, ਗੈਰ ਦੁਕਾਨ ਚ ਮੈਂ ਲਿਆ ਕੇ ਦਿੰਦਾ ਤੈਨੂੰ। ਲੱਗਦਾ ਤੂੰ ਹੀ ਜਵਾਕ ਦੇ ਉਸਤਾ ਚ ਪਾ ਕੇ, ਇਹ ਨੀ ਕਿਸੇ ਦੇ ਸਮਝ ਲੱਗਿਆ। ਆ ਗਏ ਜੀ? ਹਾਂ ਲੈ ਭਾਈ ਮੁੰਡਿਆ, ਸਮਾਨ ਲਿਖਿਆ ਦੀ ਪਰਚੀ ਤੇ ਸਾਰਾ ਆ ਗਿਆ। ਅੱਛਾ ਜੀ, ਠੀਕ ਹੈ। ਅਦੇ ਪਹਿਲੇ ਨੰਬਰ ਵਾਲਾ, ਉਪਰੋਂ ਮਿੱਠਾ ਵਿੱਚੋਂ ਫਿੱਕਾ ਚਹਾਰਾ, ਇਹ ਮੈਂ ਤੈਨੂੰ ਦਿਖਾਣਾ। ਇਹ ਆ ਦੇਖ, ਚਹਾਰੇ ਨੂੰ ਕਹਿੰਦੇ ਨੇ, ਠੀਕ ਹੈ। ਤੇ ਦੂਜੇ ਨੰਬਰ ਵਾਲਾ ਪੜ, ਉਪਰੋਂ ਫਿੱਕਾ ਵਿੱਚੋਂ ਮਿੱਠਾ, ਇਹ ਬਦਾਮ ਹੈ ਪੁੱਤ। ਅੱਛਾ ਆ ਲੈ, ਪੜ ਤੀਜੇ ਨੰਬਰ ਵਾਲਾ, ਬਿਲਕੁਲ ਫਿੱਕਾ। ਹਾਂ ਆ ਲੈ, ਫੁੱਲ ਪਤਾਸਾ ਇਹ, ਠੀਕ ਹੈ। ਆ ਪੜ ਚੌਥੇ ਨੰਬਰ ਵਾਲਾ, ਸਭ ਤੋਂ ਮਿੱਠਾ ਇਹ ਪਤਾਸੇ ਨੇ ਪੁੱਤ। ਠੀਕ ਹੈ, ਇਹ ਆਪਾਂ ਖਾਣੇ ਕਰੇ। ਹਾਂ ਬਸ ਸਮਝਣ ਚ ਫਰਕ ਸੀ, ਠੀਕ ਹੈ। ਇਹ ਦਿਮਾਗ ਦਾ ਕੰਮ ਸੀ, ਬਸ ਦਿਮਾਗ ਕਿਸੇ ਨੇ ਲਾਇਆ ਨੀ ਤਾਂ ਹੀ ਤੈਨੂੰ ਸਮਾਨ ਨੀ ਦਿੱਤਾ। ਲੈ ਚ ਪਾ ਲੈ ਸਾਰੇ ਲਿਫਾਫੇ, ਦੇ ਦੇ ਜਾ ਕੇ ਕਰੇ, ਲੈ ਜਾ ਪਰਚੀ ਵਿੱਚ ਪਾ ਕੇ ਵਗ ਜਾ। ਹਲੋ ਪੈਸੇ, ਚੱਲ ਕੋਈ ਨਾ ਦੇ, ਲੈ ਮੁੰਡਾ ਵੀ ਵਿਪਤਾ ਚ ਪਾ ਕੇ ਲੈ ਜਾ ਜੀ ਤੇਰਾ ਸਮਾਨ, ਨਾਲੇ ਰੱਖ ਪਰਚੀ। ਲਿਆਂਦਾ ਮਿਲ ਗਿਆ ਸਮਾਨ? ਹਾਂ ਮਿਲ ਗਿਆ, ਮਸਾਂ ਮਿਲੇਗਾ, ਸਾਰਾ ਬਾਜ਼ਾਰ ਗਾਤਾ। ਫਿਰ ਕਿਹਨੇ ਦੇਤਾ ਤੈਨੂੰ ਸਮਾਨ? ਮੈਂ ਤਾਂ ਅੱਕ ਕੇ ਮੁੰਡੇ ਆਉਂਦਾ ਸੀਗਾ। ਹਾਂ ਬਿੱਲੇ ਰਾਮ ਕਹਿੰਦਾ ਉਰੇ ਆ। ਅੱਛਾ ਉਹਨੇ ਮੰਗਾ ਕੇ ਦਿੱਤਾ? ਬਿੱਲੇ ਰਾਮ, ਇਹ ਬਿੱਲੇ ਰਾਮ ਹਲਵਾਈ ਇੱਕ, ਉਹ ਕਹਿੰਦਾ ਮੇਰੇ ਲਵੇ ਆ ਇਹ। ਬੜਾ ਸਿਆਣਾ ਬੰਦਾ ਫਿਰ ਉਹ। ਚਾਚੀ ਮੈਂ ਜਾਣਾ। ਇੱਕ ਮਿੰਟ ਪੁੱਤ ਖੜ। ਹਾਂ ਚਾਚੀ, ਤੂੰ ਬਿੱਲੇ ਰਾਮ ਕੋਲੇ ਜਾ ਹੁਣ। ਹਾਂ ਜਾਣਾ।
ਉਹਨੂੰ ਜਾ ਕੇ ਐਂ ਕਹਿ ਵੀ ਤੰਨਾ ਹਟ ਕੇ ਘਰੇ ਜਾਈ ਐਤਵਾਰ ਨੂੰ ਤੂੰ ਸ਼ਾਮ ਨੂੰ 4 ਵਜੇ ਠੀਕ ਹੈ ਵੀ ਤੇਰਾ ਚੁੱਲ੍ਹੇ ਨੇ ਆਉਂਦਾ ਹੈਗਾ ਉਹਨਾਂ ਦੇ ਘਰ ਠੀਕ ਆ ਅੰਕਲ ਜੀ ਹਾਂ ਭਾਈ ਮੁੰਡਿਆ ਉਹ ਮੇਰੇ ਚਾਚੇ ਤੰਨਾ ਹਟ ਗਏ ਨੇ ਤੁਹਾਨੂੰ ਦਾਵਤ ਤੇ ਬੁਲਾਏਗਾ ਆਥਣੇ 4 ਵਜੇ ਐਤਵਾਰ ਨੂੰ ਕਾ ਤੋਂ ਕਾਦੀ ਦਾਵਤ ਹੈ ਉਹ ਸੋਨੇ ਉਹ ਇਹੋ ਜਿਹਾ ਸਮਾਨ ਦੇਤਾ ਜਿਹੜਾ ਕਿਤੇ ਨਹੀਂ ਮਿਲਿਆ ਹੈਗਾ ਅੱਛਾ ਜਿਹੜਾ ਉੱਦੇ ਲੈ ਕੇ ਦਿੱਤਾ ਜੀ ਹਾਂ ਤੁਸੀਂ ਦਿਮਾਗ ਵਾਲੇ ਬੰਦੇ ਹੋ ਤਾਂ ਕਰਕੇ ਪਿੰਡ ਕਿਹੜਾ ਭਾਈ ਹਮੀਰਗੜ ਆ ਜਿਓ ਕੋਈ ਨਾ ਜ਼ਰੂਰ ਪਹੁੰਚ ਜਾਾਂਗੇ ਠੀਕ ਆ ਛੇਤੀ ਪਹੁੰਚੇ ਨਾਲੇ 4 ਵਜੇ ਕੋਈ ਨਾ ਪਹੁੰਚ ਜਾਾਂਗੇ 4 ਵਜੇ ਬਾਹਰ ਖੋਲੋ ਭਾਈ ਛੋਟੇ ਬਾਹਰ ਚ ਖੜੇ ਬਿੱਲੇ ਰਾਮ ਹਲਵਾਈ ਖੋਲ ਦੋ ਧੁੱਪੇ ਮੱਚੀ ਜਾਂਦਾ ਭਾਈ ਇਹੀ ਆ ਭਾਈ ਤਰਨਾਟ ਦਾ ਘਰ ਚੁੱਲ੍ਹੇ ਨੇ ਆਉਂਦਾ ਲਿਆ ਉਹ ਕੀ ਖਵਾਓਗੇ ਭਾਈ ਹਾਂ ਭਾਈ ਤੁਸੀਂ ਬੈਠੋ ਤੇ ਬਣੀ ਜਾਂਦਾ ਹੈਗਾ ਖਾਣਾ ਬੈਠੋ ਤੁਸੀਂ 10 ਮਿੰਟ ਨਾਲੇ ਉਹ ਆ ਜਾਣਗੇ ਤੇ ਮੈਂ ਖਾਣਾ ਲਿਆਉਣੀ ਹੈ ਚਲੋ ਠੀਕ ਹੈ ਭਾਈ ਲਿਆਓ ਭਾਈ ਰੋਟੀ ਪਾਣੀ ਹੋਣਾ ਬਸ ਭਾਈ ਜੀ 10 ਮਿੰਟ ਭਾਈ ਕਿੰਨਾ ਚਿਰ ਹੋ ਗਿਆ ਸੁਣਦੇ ਨੂੰ 10-10 ਮਿੰਟ ਛੇਤੀ ਬਣਾ ਦੋ ਭਾਈ ਮੈਂ ਵੀ ਆਪਣੀ ਦੁਕਾਨਦਾਰੀ ਸਾਹਮਣੀ ਆ ਜਾ ਕੇ ਲਿਆ ਦੋ ਭਾਈ ਕੁਛ ਤਾਂ ਬਣੀ ਹੋਣਾ ਬਸ ਭਾਈ 10 ਮਿੰਟ ਰੁਕ ਜਾਓ ਬਣੀ ਜਾਂਦਾ ਸਾਰਾ ਕੁਝ 10 ਮਿੰਟ ਰੁਕ ਜਾਓ ਤੁਸੀਂ ਭਾਈ 10-10 ਮਿੰਟ ਕਰਦੇ ਪੌਣਾ ਘੰਟਾ ਹੋ ਗਿਆ ਪੂਰਾ ਹਾਂ ਭਾਈ ਲਿਆ ਦੋ ਹੁਣ ਰੋਟੀ ਲਿਆ ਦੋ ਅੰਨ ਪਾਣੀ ਜਿਹੜਾ ਖਵਾਓਗੇ 10-10 ਮਿੰਟ ਕਰਦੇ 4 ਤੋਂ 5 ਵੱਜ ਗਏ ਹੁਣ ਇਹ ਕੌਣ ਹੈ ਭਾਈ ਭਾਈ ਮੇਰੇ ਘਰ ਘਰ ਆਣਾ ਭਾਈ ਉਹ ਤਾਂ ਫਿਰ ਘਰੇ ਆਊਗੀ ਭਾਈ ਬਹੁਤ ਅੜਬ ਸੁਭਾਅ ਹੈਗਾ ਭਾਈ ਬਣ ਕੇ ਤੁਸੀਂ ਲੁਕ ਜਾਓ ਕਿਸੇ ਪਾਸੇ ਇਹਨਾਂ ਨੂੰ ਪਤਾ ਨਹੀਂ ਵੀ ਅੱਜ ਮੈਂ ਡਰ ਕੇ ਛੇੜਦਾ ਭਾਈ ਜਾਣੂ ਸਿਆਪਾ ਆ ਮੰਜੇ ਥੱਲੇ ਰੁਕ ਜਾ ਨਾ ਨਾ ਭਾਈ ਇੱਥੇ ਨਹੀਂ ਇੱਥੇ ਨਹੀਂ ਹੋਰ ਕਿੱਥੇ ਜਾਵਾਂ ਭਾਈ ਸਾਰੀ ਅੰਦਰ ਵੱਜ ਜਾਓ ਲਾਈਟ ਲੁਕ ਜਾ ਭਾਈ ਬਣ ਕੇ ਨਾ ਤੈਨੂੰ ਬੋਲ ਨਹੀਂ ਸੁਣਦਾ ਮੇਰਾ ਮੈਂ ਕੰਮ ਕਰੀ ਜਾਂਦੀ ਸੀਗੀ ਜੀ ਕੰਮ ਕਰੀ ਜਾਂਦੀ ਸੀ ਤੈਨੂੰ ਕਿੰਨੇ ਵਾਰੀ ਕਿਹਾ ਵੀ ਪਹਿਲਾਂ ਬਾਹਰ ਖੋਲਦਾ ਘਰ ਖੜਨਾ ਬਹੁਤ ਔਖਾ ਖੜਨਾ ਬਹੁਤ ਔਖਾ ਇੱਕ ਗਰਮੀ ਅੰਤਾਂ ਦੀ ਕਰਕੇ ਰੱਬ ਨੇ ਨਾ ਤੈਨੂੰ ਮੈਂ ਕਹਿ ਗਿਆ ਤੂੰ ਮੁਰਗਾ ਬਣਾ ਕੇ ਰੱਖੀ ਆਪਣੀ ਮਿਕਸੀ ਖਰਾਬ ਹੋ ਗਈ ਜੀ ਫਿਰ ਹਾਂ ਲਸਣ ਗੰਡਾ ਚੀਰਿਆ ਪਿਆ ਹੈਗਾ ਤੇ ਮੈਂ ਗਵਾਂਢੀਆਂ ਦੀ ਮਿਕਸੀ 'ਚ ਰਗੜ ਲਿਆਉਣੀ ਹੈਗੀ ਮਿਕਸੀ ਨੇ ਵੀ ਅੱਜ ਅੱਗ ਲੱਗਣਾ ਦੀ ਹਾਂ ਬਸ ਫਿਰ ਮੈਂ ਉਹਨਾਂ ਦੀ 'ਚ ਰਗੜ ਲਿਆਉਣੀ ਹੈਗੀ ਮੁਰਗਾ ਕਿੱਥੇ ਹੈ ਮੁਰਗਾ ਉਹ ਸੀਗਾ ਚੱਲ ਠੀਕ ਹੈ ਹਾਂ ਤੁਸੀਂ ਕੱਟ ਲਓ ਉਹਨੂੰ ਚੱਲ ਮੈਂ ਉਹਨੂੰ ਕੱਟਦਾ ਐਂ ਦੱਸ ਚਾਕੂ ਕਿੱਥੇ ਹੈ ਉਹ ਅਲਮਾਰੀ 'ਚ ਪਿਆ ਜੀ ਚੱਲ ਠੀਕ ਹੈ ਤੂੰ ਐਂ ਕਰ ਮਸਾਲਾ ਬਣਾ ਕੇ ਲਿਆ ਉਹਨਾਂ ਦੇ ਗਵਾਂਢੀਆਂ ਦੇ ਮੈਂ ਇਹਨੂੰ ਬਣਾ ਕੇ ਰੱਖਦਾ ਕੱਟ ਕੁੱਟ ਕੇ ਸਾਲਾ ਤੈਂ ਵੀ ਮੇਰੇ ਹੱਥੋਂ ਮਰਨਾ ਦੀ ਆਏ ਕਰੀ ਛੇਤੀ ਆ ਜੀ ਕਿਤੇ ਤੇ ਜੰਮੀ ਹੋ ਮਾਰੀ ਜਾਵੇਂ ਹੁਣੀ ਆ ਗਈ ਜੀ ਬਾਬਾ ਸਾਲਾ ਤੇਰੇ ਕੀ ਲੜ ਗਿਆ ਤੈਨੂੰ ਹੁਣ ਕਰ ਰਹਾ ਮੈਂ ਚੁੱਪ ਮੈਂ ਲੈ ਬਿੱਲੇ ਰਮ ਕੋੜਨ ਨੇ ਕਿੱਥੇ ਚੜ੍ਹੇ ਤੈਨੂੰ ਕੀੜੇ ਨੇ ਜੰਨ ਤੇ ਮਰਵਾਏ ਦਿੱਤਾ ਜਾਂਦੀ ਬਾਨ ਵਾਲੇ ਖਸਮ ਨੂੰ ਦੱਸ ਗਈ ਵੀ ਉੱਥੋਂ ਨਮਾਰੀ ਚੋ ਕਰਦੇ ਚੱਕ ਲਿਆ ਹੁਣ ਕੀ ਬਣੂ ਤੇਰਾ ਤੈਨੂੰ ਤਾਂ ਭੱਜਣ ਨੂੰ ਵੀ ਥਾਂ ਨਹੀਂ ਹੈਗੀ ਉਹ ਸਾਲਾ ਅੱਜ ਨਵਾਂ ਜਵਾਨਾ ਆਇਆ ਕਹਿੰਦੇ ਅਲਵਾਰੀ ਦੇ ਵਿੱਚ ਕਰ ਤਰੇ ਗਿਆ ਤੂੰ ਕੌਣ ਆ ਤੂੰ ਕੌਣ ਆ ਪਰ ਤੂੰ
ਕਦਰ ਵੱਡੂ ਨਾ ਨਾ ਮੈਂ ਨਹੀਂ ਮੁਰਗੇ ਦੀ ਕਦਰ ਵੱਡਦਾ ਫਿਰ ਮੈਂ ਤੇਰੀ ਵੀ ਨਹੀਂ ਵੱਡਦਾ ਅੱਛਾ ਹਾਂ ਮੈਂ ਮੁਰਗੇ ਦੀ ਕਦਰ ਨਹੀਂ ਵੱਡਦਾ ਤੇਰੀ ਨਹੀਂ ਕਦਰ ਵੱਡਦਾ ਅੱਛਾ ਹਾਂ ਮੈਂ ਤਾਂ ਮੁਰਗੇ ਨੂੰ ਹੁਣੇ ਭਗਾ ਦੇਣਾ ਚੱਲ ਮੇਰੇ ਸਾਹਮਣੇ ਭਗਾ ਦੇ ਮੈਂ ਨਹੀਂ ਜਾਂਦਾ ਵਗ ਜੂਆ ਮੇਰਾ ਮੈਂ ਤੇਰੀ ਕਦਰ ਨਹੀਂ ਵੱਡਦਾ ਠੀਕ ਹੈ ਆ ਜਾ ਚੱਲ ਆ ਜਾ ਆ ਜਾ ਜਾ ਜਮਸੂਤ ਭਾਈ ਆ ਜਾ ਤੁਹਾਡੇ ਸਾਹਮਣੇ ਭਗਾ ਦੇਣਾ ਲੈ ਗੇ ਨੂੰ ਮਾਰ ਇਹ ਲੈ ਇਹ ਆਉ ਗਿਆ ਮੁਰਗਾ ਲੈ ਚੰਗਾ ਫਿਰ ਜਮਦੂਤ ਵੀ ਗਿਆ ਓਹੋ ਜਾਨ ਬੱਚੀ ਤੋਂ ਲੱਖੋਂ ਪਏ ਲੌਟ ਕੇ ਬੁੱਧੂ ਘਰ ਕੋ ਆਏ ਬਚ ਗਏ ਅੱਜ ਤਾਂ ਹੁਣ ਤਾਂ ਰਾਮ ਨਾਮ ਸੱਤ ਹੋ ਜਾਂਦੀ ਇਹਦਾ ਜੱਟਾ ਤੂੰ ਆਪਦੇ ਦਿਮਾਗ ਨਾਲ ਬਚ ਗਿਆ ਨੀ ਅੱਜ ਤਾਂ ਤੇਰਾ ਗਾਟਾ ਲਾ ਕੇ ਜਮਦੂਤ ਧਰਤੀ ਤੇ ਮਾਰਦਾ ਹੁਣ ਤਾਂ ਸਰੀਰ ਵੀ ਠੰਡਾ ਹੋ ਜਾਂਦਾ ਹੋ ਹੋ ਬਚ ਗਿਆ ਅੱਜ ਤਾਂ ਬੜੇ ਬੱਚੇ ਭਾਊ ਜੀ ਮੈਂ ਤਾਂ ਕਰ ਲਈ ਸਮਾਨ ਤਿਆਰ ਵੱਢ ਲਿਆ ਮੁਰਗਾ ਤੂੰ ਕਿਹੜੇ ਮੁਰਗੇ ਦੀ ਗੱਲ ਕਰਦੀ ਆ ਤੂੰ ਮੂੰਗੀ ਬਣਾਉਣ ਦੀ ਕਰ ਬੜੀਆਂ ਮੁਰਗੇ ਦੀ ਉਹ ਮੈਂ ਤਾਂ ਕਮਲੀਏ ਮਸਾਂ ਬਚਿਆ ਉਰੇ ਤਾਂ ਜਮਦੂਤ ਬੈਠੇ ਦੀ ਅਲਮਾਰੀ ਚ ਆਪਣੀ ਚ ਜਿਹੜੀ ਤੂੰ ਚਾਕੂ ਧਰ ਕੇ ਗਈ ਤੀ ਕਿਹੜਾ ਜਮਦੂਤ ਕੋਈ ਜਮਦੂਤ ਨਹੀਂ ਸੀ ਤੈਨੂੰ ਲੱਗਦਾ ਜਮਦੂਤ ਕਹਿੰਦਾ ਜੇ ਤੂੰ ਮੁਰਗੇ ਦੀ ਗਰਦਨ ਵੱਢੇਗਾ ਮੈਂ ਤੇਰੀ ਗਰਦਨ ਵੱਢੂਗਾ ਮੈਂ ਤਾਂ ਆਪਦੇ ਦਿਮਾਗ ਨਾਲ ਬਚ ਗਿਆ ਕੋਈ ਜਮਦੂਤ ਨਹੀਂ ਸੀਗਾ ਜੀ ਉਹ ਹੋਰ ਕੌਣ ਸੀ ਉਹ ਤਾਂ ਬਿੱਲੇ ਰਾਮ ਹਲਵਾਈ ਸੀ ਜੀ ਮੂਨਕ ਤੋਂ ਬਿੱਲੇ ਰਾਮ ਹਲਵਾਈ ਹਾਂ ਅੱਜ ਕਿਉਂ ਨਹੀਂ ਤੁਸੀਂ ਘਸੁੰਨ ਚਲਾਏ ਹੋ ਤੇ ਮੈਂ ਕਿੰਨੇ ਵਾਰ ਕਿਹਾ ਤੁਹਾਨੂੰ ਕਿੱਦੇ ਦੀ ਕਹਿੰਦੀ ਆਉਣੀ ਆ ਵੀ ਅਕਲ ਵੱਡੀ ਹੁੰਦੀ ਆ ਅਕਲ ਵੱਡੀ ਹੁੰਦੀ ਆ ਉਰੇ ਬਿੱਲੇ ਰਾਮ ਹਲਵਾਈ ਕੀ ਕਰਦਾ ਦੀ ਤੁਹਾਨੂੰ ਸਮਝਾਉਣੀ ਆ ਸਾਰਾ ਮੈਂ ਬਿੱਲੇ ਹਲਵਾਈ ਦੀ ਦੁਕਾਨ ਹੈ ਕਿਹੜਾ ਬਿੱਲੇ ਰਾਮ ਉਹ ਅੰਦਰ ਹੈ ਜੀ ਅੰਦਰ ਹੈ ਓਏ ਹਾਂ ਓਏ ਇਹ ਤਾਂ ਸੱਚਿਓ ਬਿੱਲਾ ਹਲਵਾਈ ਆ ਓਏ ਤਾਂ ਮੇਰਾ ਸਾਲਾ ਉੱਥੇ ਕਹਿੰਦਾ ਮੈਂ ਜਮਦੂਤ ਹਾਂ ਲੈ ਮੈਨੂੰ ਇਹ ਪਾਗਲ ਬਣਾਇਆ ਆ ਮੈਂ ਦੁਨੀਆ ਪਾਗਲ ਬਣਾਉਣਾ ਇਹਨੇ ਮੈਨੂੰ ਪਾਗਲ ਬਣਾਤਾ ਅੱਜ ਨਹੀਂ ਬਖਸੂੰਗਾ ਮੇਰੇ ਘਰੇ ਵੜ ਰਹੀ ਤੀ ਅਲਮਾਰੀ 'ਚ ਇਹ ਬਿੱਲੇ ਬੁੱਲੇ ਕੌਣ ਆ ਓਏ ਕਹਿਣ ਵਾਲਾ ਤੂੰ ਕੀ ਗੱਲ ਭੁੱਲ ਗਿਆ ਜਦੋਂ ਅਲਮਾਰੀ 'ਚ ਵੜ ਰਹੀ ਤੀ ਉਦੋਂ ਸਾਲਿਆ ਮੈਨੂੰ ਫੁੱਦੂ ਬਣਾਇਆ ਆ ਕਹਿੰਦਾ ਜਮਦੂਤ ਆ ਮੈਂ ਜਮਦੂਤ ਆ ਕੀ ਗੱਲ ਸੀ ਤੇਰੇ ਘਰ ਵਾਲੀ ਨੇ ਬੁਲਾਇਆ ਸੀ ਦਾਖਤ ਤੇ ਨਾ ਭੱਗ ਗਿਆ ਬਣਿਆ ਉਹਨੇ ਕੋਰਟ ਨੇ ਮੈਨੂੰ ਫਸਾਤਾ ਉਹ ਤਾਂ ਮੇਰਾ ਦਿਮਾਗ ਕੰਮ ਕਰ ਗਿਆ ਸੀ ਉੱਥੇ ਵਿਗੜ ਲੈਂਦਾ ਜਿਹੜਾ ਕੁਛ ਵਿਗੜਨਾ ਸੀ ਤੇਰਾ ਘਰ ਸੀ ਭਾਈ ਉਰੇ ਮੇਰੀ ਦੁਕਾਨ ਹੈ ਉਰੇ ਵੱਧ ਘੱਟ ਨਾ ਬੋਲ ਖੁਰਚਣਾ ਮਾਰ ਕੇ ਮਧਾਣੀ ਜੀਰਾ ਪਾ ਦੂੰ ਡਾਕਟਰ ਵੀ 100 ਵਾਰੀ ਸੋਚੂ ਵੀ ਟਾਂਕੇ ਕਿਹੜੇ ਪਾਸੋਂ ਲਾਵਾਂ ਕਿਹੜੇ ਪਾਸੋਂ ਬਗ ਜਾਂਦੀ ਵੀ ਪਾ ਕੇ ਆ ਕੇ ਮੇਰੀ ਦੁਕਾਨ 'ਚ ਮੈਨੂੰ ਲਲਕਾਰ ਦੇ ਓਏ ਉਹ ਤਾਂ ਮੈਂ ਬਖਸਤਾ ਉੱਥੇ ਜਿਵੇਂ ਮਰਜ਼ੀ ਓ ਮਹਾ ਬਗ ਜਾ ਤੂੰ ਖੁਰਚਣਾ ਮਾਰੂ ਜੇ ਤੂੰ ਮੈਨੂੰ ਜਮਦੂਤ ਨਾ ਕਹਿੰਦਾ ਨਾ ਆ ਤੇਰਾ ਸਰ ਪਾੜ ਦਿੰਦਾ ਉੱਥੇ ਮੈਂ ਪੜ ਦਿੰਦਾ ਤੈਨੂੰ ਮੈਂ ਓਏ ਉਦੋਂ ਤੇਰਾ ਘਰ ਸੀ ਕੁਛ ਕਰ ਦਿੰਦਾ ਉੱਥੇ ਮੇਰੀ ਅਕਲ ਕੰਮ ਕਰ ਗਈ ਮੇਰਾ ਦਿਮਾਗ ਕੰਮ ਕਰਦਾ ਸੀ ਆਪਦੇ ਦਿਮਾਗ ਤੇ ਅਕਲ ਨਾਲ ਬਚਿਆ ਹੁਣ ਵਗ ਜਾ ਮੇਰੀ ਦੁਕਾਨ 'ਚੋਂ ਨੇ ਖੁਰਚਣਾ ਫੇਰ ਤੂੰ ਦੇਖ ਲੈ ਵਗ ਜਾ ਹਾਂਜੀ ਮਿੱਤਰ ਪਿਆਰਿਓ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਅਤੇ ਨਾਲੇ ਕਰਾਇਓ ਕਿਉਂਕਿ ਆਪਣਾ ਪਰਿਵਾਰ ਬਹੁਤ ਵੱਡਾ ਹੋ ਗਿਆ ਅਤੇ ਆਪਾਂ ਇਹਨੂੰ ਹੋਰ ਬਹੁਤ ਵੱਡਾ ਕਰਨਾ ਅਤੇ ਆਪਣੇ ਇੱਕ ਦੋਸਤ ਨੂੰ ਜ਼ਰੂਰ ਕਰਵਾਇਓ ਬਾਈ ਅਤੇ ਵੀਡੀਓ ਜੇ ਵਧੀਆ ਲੱਗੇ ਬਾਈ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਲਾਈਕ ਅਤੇ ਕਮੈਂਟ ਕਰਕੇ ਆਪਣੀ ਆਪਣੀ ਸਲਾਹ ਜ਼ਰੂਰ ਦਿਆ ਕਰੋ ਅਤੇ ਇੰਸਟਾਗ੍ਰਾਮ ਅਤੇ ਫੇਸਬੁੱਕ ਦਾ ਲਿੰਕ ਡਿਸਕ੍ਰਿਪਸ਼ਨ 'ਚ ਪਾਤਾ ਉੱਥੇ ਜਾ ਕੇ ਫੋਲੋ ਕਰ ਲਿਓ ਥੈਂਕ ਯੂ ਧੰਨਵਾਦ ਲਵ ਯੂ ਆ ਟਰਾਲੀ ਭਰ ਕੇ